ਜਾਂ ਤਾਂ ਮੈਨੂੰ ਪੰਜਾਬੀ ਨਹੀਂ ਆਉਣੀ ਜਾਂ ਜੋ ਕਹਿ ਰਹੇ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਸਾਫ਼ ਸਾਫ਼ ਸ਼ਬਦਾਂ 'ਚ ਸਾਡੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਗੱਲਾਂ ਨੇ ਉਹਦੇ 'ਚ, ਉਹ 'ਚ ਪੁੱਛਿਆ ਗਿਆ ਵੀ ਕੌਣ ਹੈ, ਪੈਰਾਮੀਟਰ ਕੀ ਹੈ ਤੁਹਾਡੇ ਕੋਲ ਗਦਾਰੀ ਦਾ। ਉਹ ਤਾਂ ਫਿਰ ਜੀ ਮੁੱਦਾ ਬਣਾਉਣ ਨੇ ਬਣਾ ਹੀ ਲੈਣਾ। ਹੁਣ ਜੇ ਗੱਦਾਰ ਸ਼ਬਦ ਆ ਗਿਆ, ਕਿਹਨੂੰ ਕਿਹਾ ਕਿਹਨੂੰ ਨਹੀਂ ਕਿਹਾ, ਉਹ ਤਾਂ ਅਸੀਂ ਆਪ ਸੁਣ ਕੇ ਸਮਝਣਾ ਨਾ। ਸੋ ਗੱਲਾਂ ਨੇ ਜੀ, ਹੁਣ ਜਿੰਨੀਆਂ ਮਰਜ਼ੀ ਬਣਾਈ ਚੱਲੋ, ਤਾਂ ਇਹ ਮੇਰੇ ਤੋਂ ਹਰੇਕ ਗਾਣੇ 'ਤੇ ਹੀ ਹੁੰਦਾ। ਮੈਂ ਤਾਂ ਸ਼ੁਕਰ ਬਣਾਇਆ ਜੀ ਉਸ ਚੀਜ਼ ਦਾ, ਮੈਂ ਕਿਹਾ ਚਲੋ ਕਿਸੇ ਨੇ ਤਾਂ ਓਪਨ ਕਰਿਆ। ਉਹ 3 ਸਾਲ ਹੋ ਗਏ ਨਾ ਉਹਦਾ ਚਲਾਣ ਪੇਸ਼ ਹੋਇਆ ਨਾ ਕੁਛ ਵੀ, ਯਾਨੀ ਕਿ ਉਹ ਕਿਤੇ ਕਿਸੇ ਪਾਸੇ ਕੋਈ ਜਾ ਹੀ ਨਹੀਂ ਰਹੇ। ਅਸੀਂ ਤਾਂ ਚਾਹੁੰਦੇ ਹਾਂ ਵੀ ਕਰ ਲਓ ਕੇਸ ਓਪਨ ਜੇ ਸਾਡੀ ਕੋਈ ਤੁਹਾਨੂੰ ਲੱਗਦਾ, ਪਰ ਜੇ ਉਹ ਸਿਆਸੀ ਬਦਲਾਪੂਰੀ ਹੈ ਤਾਂ ਮਾੜੀ ਗੱਲ ਹੈ, ਪਰ ਜੇ ਸਾਡੇ ਕੇਸ ਓਪਨ ਕਰਨ ਨਾਲ ਕੋਈ ਪੰਜਾਬ ਦਾ ਭਲਾ ਹੁੰਦਾ ਤਾਂ ਅਸੀਂ ਕਹਿੰਦੇ ਭਾਈ ਠੀਕ ਹੈ। ਜਿਹੜੇ ਮੁੱਦੇ ਨੇ, ਜਿਹੜਾ ਪੰਜਾਬ PMB ਚੋਂ ਬਾਹਰ ਹੋਇਆ, ਠੀਕ ਹੈ, ਚੰਡੀਗੜ੍ਹ ਸਾਡਾ ਮੁੱਦਾ ਹੈ, SYL ਸਾਡਾ ਮੁੱਦਾ ਹੈ, ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਡਿਸਕਸ ਅਸੀਂ ਕਰ ਸਕਦੇ ਹਾਂ। ਵੀ ਮੈਨੂੰ ਇਹ ਲੱਗਦਾ ਵੀ ਇੱਕ ਗੀਤ ਜਾਂ ਮੈਂ ਕੋਈ ਚਰਚਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਜੋ ਗੱਲਾਂ ਹੁੰਦੀਆਂ ਉਹਨਾਂ ਦਾ ਸ਼ੀਸ਼ਾ ਦਿਖਾਉਣਾ ਇੱਕ, ਅਤੇ ਮੇਰਾ ਫਰਜ਼ ਸੀ ਮੈਂ ਸ਼ੀਸ਼ਾ ਦਿਖਾਇਆ। ਹੁਣ ਉਹ ਕਈ ਚੀਜ਼ਾਂ, ਕਈ ਗੱਲਾਂ ਬੰਦਿਆਂ ਨੂੰ ਅਫੈਂਡ ਕੀਤੀਆਂ। ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਚੀਜ਼ਾਂ ਅਤੇ ਸਾਰੇ ਜਾਣੇ ਖੁਸ਼ ਹੋਣ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਉਹਨਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਸੀ ਉਹਦਾ ਵੈਲਕਮ ਕਰਦੇ ਹਾਂ, ਪਰ ਉਹਦੇ 'ਚ ਕੋਈ ਐਸੀ ਵੈਸੀ ਗੱਲ ਨਹੀਂ ਸੀ ਜਿਹੜਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬੀਆਂ ਨੂੰ ਤੁਸੀਂ ਗਲਤ ਕਿਹਾ। ਨਹੀਂ ਮੈਂ ਪਤਾ ਉਹੀ ਗੱਲ ਹੈ, ਜਾਂ ਤਾਂ ਮੈਂ ਤੁਹਾਨੂੰ ਦੱਸਦਾ, ਜਾਂ ਤਾਂ ਮੈਨੂੰ ਪੰਜਾਬੀ ਨਹੀਂ ਆਉਂਦੀ ਜਾਂ ਜੋ ਕਹਿ ਰਹੇ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਸਾਫ਼ ਸਾਫ਼ ਸ਼ਬਦਾਂ 'ਚ ਸਾਡੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਗੱਲਾਂ ਨੇ ਉਹਦੇ 'ਚ, ਉਹ 'ਚ ਪੁੱਛਿਆ ਗਿਆ ਵੀ ਕੌਣ ਹੈ, ਪੈਰਾਮੀਟਰ ਕੀ ਹੈ ਤੁਹਾਡੇ ਕੋਲ ਗਦਾਰੀ ਦਾ। ਉਹ ਤਾਂ ਫਿਰ ਜੀ ਮੁੱਦਾ ਬਣਾਉਣ ਨੇ ਬਣਾ ਹੀ ਲੈਣਾ। ਹੁਣ ਜੇ ਗੱਦਾਰ ਸ਼ਬਦ ਆ ਗਿਆ, ਕਿਹਨੂੰ ਕਿਹਾ ਕਿਹਨੂੰ ਨਹੀਂ ਕਿਹਾ, ਉਹ ਤਾਂ ਅਸੀਂ ਆਪ ਸੁਣ ਕੇ ਸਮਝਣਾ ਨਾ। ਸੋ ਗੱਲਾਂ ਨੇ ਜੀ, ਹੁਣ ਜਿੰਨੀਆਂ ਮਰਜ਼ੀ ਬਣਾਈ ਚੱਲੋ, ਤਾਂ ਇਹ ਮੇਰੇ ਤੋਂ ਹਰੇਕ ਗਾਣੇ 'ਤੇ ਹੁੰਦਾ। ਹੋਰ ਵੀ ਗਾਣੇ ਗਾਉਂਦਾ ਰਹੇਗਾ ਇੱਦਾਂ ਦੇ ਵੀ? ਨਹੀਂ ਬਾਈ ਜੀ, ਦੇਖੋ ਉਹੀ ਕਹਿੰਦਾ ਵੀ ਆਰਟਿਸਟ ਇੱਕ ਸ਼ੀਸ਼ਾ ਹੁੰਦਾ ਸਮਾਜ ਦਾ, ਜੋ ਸਮਾਜ ਚੱਲ ਰਿਹਾ ਉਹ ਆਰਟਿਸਟ ਯਾਨੀ ਕਿ ਕਲਾਕਾਰ ਬਿਆਨ ਕਰਦਾ। ਹਾਂਜੀ, ਕੇਸ ਓਪਨ ਕਰਨ ਦੀ ਗੱਲ ਚੱਲੀ ਸੀ, ਕਹਿੰਦੇ ਕਿ ਸਿੱਧੂ ਮੂਸੇਵਾਲਾ ਸਰਕਾਰ ਬਦਲ ਗਈ, ਕੇਸ ਰੀਓਪਨ ਹੋ ਸਕਦਾ? ਨਹੀਂ ਮੈਂ ਤਾਂ ਸ਼ੁਕਰ ਬਣਾਇਆ ਜੀ ਉਸ ਚੀਜ਼ ਦਾ, ਮੈਂ ਕਿਹਾ ਚਲੋ ਕਿਸੇ ਨੇ ਤਾਂ ਓਪਨ ਕਰਿਆ। ਉਹ 3 ਸਾਲ ਹੋ ਗਏ ਨਾ ਉਹਦਾ ਚਲਾਣ ਪੇਸ਼ ਹੋਇਆ ਨਾ ਕੁਛ ਵੀ, ਯਾਨੀ ਕਿ ਉਹ ਕਿਤੇ ਕਿਸੇ ਪਾਸੇ ਕੋਈ ਜਾ ਹੀ ਨਹੀਂ ਰਿਹਾ ਕੋਈ, ਹੈ ਨਾ। ਅਸੀਂ ਤਾਂ ਚਾਹੁੰਦੇ ਹਾਂ ਵੀ ਕਰ ਲਓ ਕੇਸ ਓਪਨ ਜੇ ਸਾਡੀ ਕੋਈ ਤੁਹਾਨੂੰ ਲੱਗਦਾ, ਪਰ ਜੇ ਉਹ ਸਿਆਸੀ ਬਦਲਾਖੋਰੀ ਹੈ ਤਾਂ ਮਾੜੀ ਗੱਲ ਹੈ, ਪਰ ਜੇ ਸਾਡੇ ਕੇਸ ਓਪਨ ਕਰਨ ਨਾਲ ਕੋਈ ਪੰਜਾਬ ਦਾ ਭਲਾ ਹੁੰਦਾ ਤਾਂ ਅਸੀਂ ਕਹਿੰਦੇ ਭਾਈ ਠੀਕ ਹੈ। ਅਗਲਾ ਲੰਬਾ ਤੇ ਕੇਸ ਹੋਏ, ਕੁਮਾਰ ਵਿਸ਼ਵਾਸ ਤੇ ਵੀ ਕੇਸ ਹੋ ਗਿਆ, ਦਿੱਲੀ ਨੋਟਿਸ ਯਾਰ, ਨੋਟਿਸ ਕੇਸ ਨਹੀਂ, ਨੋਟਿਸ ਜਾਰੀ ਹੋਇਆ ਉਹਨਾਂ ਨੂੰ, ਔਰ ਬੁਲਾਇਆ ਗਿਆ ਰੋਪੜ ਥਾਣੇ 'ਚ FIR ਬਕਾਇਦਾ ਤੌਰ ਤੇ, ਰੋਪੜ ਥਾਣੇ 'ਚ ਹੋਈ ਹੈ ਬਕਾਇਦਾ ਨੋਟਿਸ। ਮੈਂ ਇਸ ਚੀਜ਼ ਤੋਂ ਜਾਣੂ ਹਾਂ, ਅਤੇ ਮੈਂ ਤਾਂ ਇਸ ਚੀਜ਼ ਤੋਂ ਕਹਿੰਦਾ ਵੀ ਯਾਰ ਕੋਈ ਵੀ ਪਾਰਟੀ ਹੈ, ਮੈਂ ਕਿਸੇ ਤੋਂ ਯਾਨੀ ਕਿ ਆਪਾਂ ਜੇ ਹੁਣ ਮੇਰੀ ਪਾਰਟੀ ਕਾਂਗਰਸ ਹੈ, ਮੈਂ ਕਾਂਗਰਸ ਵੱਲੋਂ ਇਲੈਕਸ਼ਨ ਲੜਿਆ, ਤਾਂ ਵੀ ਅਸੀਂ ਕਿਸੇ 'ਤੇ ਨਜਾਇਜ਼ ਧੱਬੇ ਨਹੀਂ ਲਾਉਣਾ ਚਾਹੁੰਦੇ, ਪਰ ਗੱਲ ਅਸੀਂ ਸਾਰਿਆਂ ਨੂੰ ਇਹ ਸ਼ਾਂਤੀ ਦਾ ਅਤੇ ਆਪਸੀ ਭਾਈਚਾਰਾ ਦਾ ਸੰਦੇਸ਼ ਦਿੰਦੇ ਹਾਂ ਵੀ ਕੋਈ ਵੀ ਜੇ ਸਾਡੇ ਕੋਲ ਅੱਜ ਕੋਈ ਰੁਤਬਾ ਆਇਆ ਤਾਂ ਅਸੀਂ ਉਹਨੂੰ ਪੰਜਾਬ ਦੀ ਬੈਟਰਮੈਂਟ ਵਾਸਤੇ ਯੂਜ਼ ਕਰੀਏ, ਨਾ ਕਿ ਆਪਣੀਆਂ ਸਿਆਸੀ ਰੰਜਿਸ਼ਾਂ ਵਾਸਤੇ। ਅੱਜ ਸਿੱਧੂ ਸਾਹਿਬ ਨੇ ਇੱਕ ਬਿਆਨ ਦਿਆ ਹੈ, ਸਿੱਧੂ ਸਾਹਿਬ ਨੇ ਹੋਰ ਗੱਲ ਨੂੰ ਵੀ ਗਾਣਿਆਂ 'ਚ ਬਿਆਨ ਕਰਦੇ ਰਹੋਗੇ ਜਿਵੇਂ ਸਰਕਾਰ ਕੁਝ ਗਲਤ ਕਰੂਗੀ? ਆਫਕੋਰਸ ਬਾਈ, ਆਫਕੋਰਸ ਸਾਡਾ ਹੋਰ ਕੰਮ ਕੀ ਹੈ। ਸਿੱਧੂ ਸਾਹਿਬ ਨੇ ਅਭੀ ਬਿਆਨ ਦਿਆ ਹੈ ਕਿ ਜੋ ਹੋਆ ਕਾਂਗਰਸ ਕਾ ਹਾਲ, ਦੋਨੋਂ ਚੀਫ ਮਿਨਿਸਟਰ ਉਸਮੇ ਗਿਲਟੀ ਥੇ, ਜੋ ਪਹਿਲੇ ਦੇ ਉਹ ਵੀ ਰਹੇ ਔਰ ਜੋ ਅਭੀ ਥੇ ਪਿੱਛੇ ਚੰਨੀ ਸਾਹਿਬ ਕੇ। ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣੋ, ਹਰੇਕ ਬੰਦੇ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਹੁੰਦਾ, ਇੱਕ ਆਪਣੀ ਦੇਖਣ ਦਾ ਨਜ਼ਰੀਆ ਹੁੰਦਾ। ਅਸੀਂ ਸਾਰੇ ਜੇ ਚਾਹੀਏ, ਮੇਰਾ ਨਜ਼ਰੀਆ ਕੁਛ ਹੋਰ ਹੋਊਗਾ, ਉਹਨਾਂ ਦਾ ਕੁਛ ਹੋ ਸਕਦਾ, ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਕ ਦੂਜੇ ਦੇ ਨਜ਼ਰੀਏ ਦੀ ਇੱਜ਼ਤ ਕਰੀਏ, ਰਿਸਪੈਕਟ ਕਰੀਏ। ਸੋ ਜੇ ਉਹਨਾਂ ਨੇ ਕੋਈ ਆਪਣਾ ਵਿਚਾਰ ਪੇਸ਼ ਕੀਤਾ ਤਾਂ ਸਾਨੂੰ ਉਹਨਾਂ ਨੂੰ ਕੰਸਿਡਰ ਕਰਨਾ ਚਾਹੀਦਾ, ਅਤੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਕੋਈ ਗਲਤ ਬੋਲ ਰਿਹਾ ਜਾਂ ਕੋਈ, ਹਰੇਕ ਦਾ ਆਪੋ ਆਪਣਾ ਨਜ਼ਰੀਆ, ਤੁਹਾਡਾ ਕੁਛ ਹੋਊਗਾ, ਮੇਰਾ ਕੁਛ ਹੋਊਗਾ। ਓਕੇ, ਕੀ ਲੱਗਦਾ ਕਿ ਥੋੜ੍ਹੀ ਹੁਣ ਆਪਣੇ ਆਪਸ 'ਚ ਮਿਲ ਕੇ ਚੱਲਣਾ ਚਾਹੀਦਾ ਬਾਈ ਜੀ? ਕਿਉਂਕਿ ਪਹਿਲੇ ਤੋਂ ਨੁਕਸਾਨ ਇਸ ਚੀਜ਼ ਸਾਰਿਆਂ ਨੂੰ ਹੀ ਕਹਿੰਦੇ ਹਾਂ, ਈਵਨ ਇਕੱਲੀ ਕਾਂਗਰਸ ਵਾਸਤੇ ਨਹੀਂ ਹੈ, ਸਾਰੀਆਂ ਜਿੰਨੀਆਂ ਪਾਰਟੀਆਂ, ਪੰਜਾਬ ਦਾ ਭਾਈਚਾਰਾ ਹੈ, ਪੰਜਾਬ ਦੇ ਲੋਕ ਹੈ, ਕੋਈ ਵੀ ਮਸਲੇ ਦਾ ਹੱਲ ਹੈ ਇਹ ਆਪਸੀ ਭਾਈਚਾਰੇ ਅਤੇ ਇਕਜੁੱਟਤਾ ਨਾਲ ਹੀ ਨਿਬੜੂਗਾ। ਜੇ ਅਸੀਂ ਇੱਕ ਦੂਜੇ ਨਾਲ ਸਿਆਸੀ ਰੰਜਿਸ਼ਾਂ ਕੱਢੀ ਜਾਵਾਂਗੇ ਤਾਂ ਕੋਈ ਇਹ ਕੋਈ ਹੱਲ ਨਹੀਂ ਕਿਸ ਚੀਜ਼ ਦਾ। ਕਿ ਨਵੀਂ ਟੀਮ ਜਿਹੜੀ ਹੈ ਖਤਮ ਹੋ ਜਾਏਗੀ, ਖਤਮ ਕਰ ਪਾਊਗੀ, ਕਿਉਂਕਿ ਹਾਰ ਦਾ ਅਹਿਮ ਕਾਰਨ ਇਹ ਹੈ ਕਿ ਗੁੱਟਬਾਜ਼ੀ ਜ਼ਿਆਦਾ ਰਹੀ ਹੈ। ਇੱਕ ਕਹਾਵਤ ਹੁੰਦੀ ਹੈ, ਹੋਪ ਫੋਰ ਦਾ ਬੈਸਟ ਪ੍ਰਪੇਅਰ ਫੋਰ ਦਾ ਵਰਸਟ, ਹੈ ਨਾ। ਅਸੀਂ ਚੰਗੇ ਲਈ ਸੋਚ ਰਹੇ ਹਾਂ, ਅਸੀਂ ਤਾਂ ਹੋਪ ਕਰ ਰਹੇ ਹਾਂ ਵੀ ਬਹੁਤ ਵਧੀਆ ਹੋਊਗਾ ਸਾਰਾ। ਲੋਬੀ ਤੁਹਾਨੂੰ ਲੈ ਕੇ ਵੀ ਐਕਟਿਵ ਹੁੰਦੀ ਨਜ਼ਰ ਆ ਰਹੀ ਹੈ, ਕਹਿ ਰਹੇ ਕਿ ਜਿਹੜੇ ਵਿਵਾਦਿਤ ਗਾਣੇ ਆ ਉਸ ਨੂੰ ਲੈ ਕੇ ਫੜਨ ਦੀ ਕਾਰਵਾਈ ਕੀਤੀ ਜਾਵੇ, ਇਸ ਤਰ੍ਹਾਂ ਦੀ ਗੱਲਾਂ ਵੀ ਹੋ ਰਹੀਆਂ? ਨਹੀਂ ਨਹੀਂ ਨਹੀਂ, ਪਤਾ ਕੀ ਗੱਲ ਹੈ, ਜੇ ਮੈਂ ਤਾਂ ਕਹਿੰਦਾ ਵੀ ਜੇ ਸਾਡੇ 'ਤੇ ਕਾਰਵਾਈ ਕਰਨ ਨਾਲ ਕੋਈ ਪੰਜਾਬ ਦਾ ਕੋਈ ਚੜ੍ਹਦਾ ਸਵੇਰਾ ਕੋਈ ਕੱਲ੍ਹ ਨੂੰ ਆਉਂਦਾ ਤਾਂ ਅਸੀਂ ਕਹਿੰਦੇ ਜੀ ਸਾਡੇ 'ਤੇ ਤਾਂ ਸਾਨੂੰ ਤਾਂ ਅਸੀਂ ਉਹੀ 2 ਮਹੀਨੇ ਲਾਏ ਹੋਣੇ ਅੰਦਰ ਜਾ ਕੇ, ਕਿਹੜਾ। ਸੋ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ, ਮੈਂ ਕੋਈ ਪੰਜਾਬ ਦਾ ਮੁੱਦਾ ਨਹੀਂ ਹੈਗਾ, ਮੈਂ ਇੱਕ
हजारा आर्टिस्ट है पंजाब को। सो जे साडे हुण एक्टिव जे मुद्दे ने जिहड़ा पंजाब BMB चो बाहर होया, ठीक है, चंडीगढ़ साडा मुद्दा है, SYL साडा मुद्दा है, किन्नी चीज़ां ने जिहड़ियां डिस्कस असी कर सकदे आ। वी मैनूं इह लगदा वी इक गीत जां मैं कोई चर्चा दा विशा नहीं होणा चाहीदा। नहीं, मैं समाज सेवा च एक्टिव जरूर रहूँगा, ठीक है। मेरे लिए कोई राजनीति मेरा कोई पेशा नहीं, मैं राजनीति दे विच ना इस चीज़ करके आया सी वी मैं कोई किसी अहुदे दी पुक करके आया सी। मेरा उदों वी राजनीति दे विच आउण दा मकसद इह सी कि आपदे इलाके लई आपदे लोकां लई कुछ ना कुछ करना, ते मैं वो कदी नहीं बंद किया, चाहे मैं पार्टी सी चाहे मैं इलेक्शन खड़े होने तो पहला, तो मैं अगे भी आपका कम करता क्योंकि ये मेरी यानी कि रूह की खुराक है। मैं आपके लोगों तुरै फिर तो मैं उत्थे उन्होंने कुछ करके वधिया लगता।